ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ SSF ਟੀਮ ਦੇ ਵੱਲੋਂ ਸੜਕ ਹਾਦਸਿਆਂ 'ਚ ਜ਼ਖਮੀ ਲੋਕਾਂ ਦੀ ਜਾਨ ਮਾਲ ਬਚਾਉਣ ਦੇ ਨਾਲ ਨਾਲ ਸੜਕ ਕਿਨਾਰਿਆਂ ਤੇ ਅੱਗ ਨਾਲ ਸੜ ਚੁੱਕੇ ਪੌਦਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਮੰਤਵ ਨਾਲ ਪੌਦੇ ਲਗਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਪੁਲਿਸ ਫੋਰਸ ਵੱਲੋਂ ਪਾਤਨਾ ਖੇਤਰ 'ਚ ਸੜਕ ਹਾਦਸਿਆਂ ਵਿੱਚ ਜ਼ਖਮੀ ਵਿਅਕਤੀਆਂ ਦੀ ਮਦਦ ਕਰਨ ਦੀ ਸੇਵਾ ਨਿਭਾ ਰਹੇ ਫੋਰਸ ਟੀਮ ਵੱਲੋਂ ਅੱਜ ਵਾਤਾਵਰਨ ਦਿਵਸ ਤੇ ਸ਼ਹਿਰ ਦੇ ਆਸ ਪਾਸ ਸੜਕ ਕਿਨਾਰਿਆਂ ਤੇ ਅੱਗ ਲੱਗਣ ਕਾਰਨ ਪੌਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਸਾਨਾਂ ਵੱਲੋਂ ਖੇਤਾਂ 'ਚ ਅੱਗ ਲੱਗਣ ਕਾਰਨ ਸੜ ਚੁੱਕੇ ਪੌਦਿਆਂ ਦੀ ਥਾਂ ਤੇ ਨਵੇਂ ਪੌਦੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ। ਪਾਤਨਾ ਤੋਂ ਸਤਪਾਲ ਗਰਗ ਦੀ ਰਿਪੋਰਟ। ASI ਭੁਪਿੰਦਰ ਸਿੰਘ SSF ਪਟਿਆਲਾ ਪਾਤਨਾ ਜੀ 109 ਨੰਬਰ ਮਿਲੀ ਸੀ ਗੱਡੀ ਜਾਨ ਮਾਲ ਦੀ ਰਾਖੀ ਵੀ ਜਿਵੇਂ ਐਕਸੀਡੈਂਟ ਹੁੰਦਾ ਕੋਈ ਅਤੇ ਉਹਨਾਂ ਦੀ ਮਨੁੱਖੀ ਜਾਨ ਵਾਸਤੇ ਅਸੀਂ ਪਹਿਲ ਦੇ ਆਧਾਰ 'ਤੇ ਅਸੀਂ ਪਹੁੰਚਦੇ ਉੱਥੇ ਹੈ ਨਾ ਜੀ। ਇਸੇ ਤਰ੍ਹਾਂ ਪੌਦੇ ਨੇ ਜਿਵੇਂ ਇਹਨਾਂ 'ਚ ਵੀ ਜਾਨ ਹੈ ਇਹ ਜ਼ਿਮੀਂਦਾਰਾਂ ਵੱਲੋਂ ਜਿਹੜੀ ਨਾਲ ਨਾੜਾਂ ਨੂੰ ਅੱਗ ਲਾ ਕੇ ਰੋਡ ਦੇ ਨਾਲ ਇਹਨਾਂ ਦਾ ਨੁਕਸਾਨ ਹੋ ਜਾਂਦਾ ਪੌਦਿਆਂ ਦਾ। ਪੌਦੇ ਇੱਥੇ ਬਹੁਤ ਜ਼ਿਆਦਾ ਛੋਟੇ ਵੱਡੇ ਨਸ਼ਟ ਹੋ ਚੁੱਕੇ ਸੀਗੇ ਉਹਨਾਂ ਨੂੰ ਦੇਖਦੇ ਅੱਜ ਵਿਸ਼ਵ ਵਾਤਾਵਰਨ ਦੇ ਅੱਜ ਦਾ ਦਿਨ ਹੁੰਦਿਆਂ ਪਹਿਲ ਦੇ ਆਧਾਰ 'ਤੇ ਅਸੀਂ ਨਵੇਂ ਬੂਟੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਬੂਟੇ ਮੱਚ ਗਏ ਨੇ ਉਹ ਨਵੇਂ ਬੂਟੇ ਲਾਏ ਜਾਣ। ਕਿੱਥੇ ਕਿੱਥੇ ਲਾਏ ਨੇ ਅੱਜ? ਇਹ ਸਰ ਇੱਕ ਮੌਲਵੀ ਵਾਲਾ ਪਿੰਡ ਦੇ ਅੱਡੇ ਦੇ ਨਾਲ ਬਹੁਤ ਬੂਟੇ ਸੜ ਚੁੱਕੇ ਸੀਗੇ ਅਤੇ ਉੱਥੋਂ ਅਸੀਂ ਲਾ ਰਹੇ ਨਵੇਂ ਬੂਟੇ। ਇੱਕ ਪੈਂਦ ਪਿੰਡ ਜੀ ਉੱਥੇ ਪੈਂਦ ਟੂਲ ਪਲਾਜੇ ਦੇ ਨਾਲ ਉੱਥੇ ਬਹੁਤ ਸੜ ਚੁੱਕੇ ਸੀਗੇ ਪੌਦੇ ਉੱਥੇ ਲਾ ਕੇ ਆਏ ਹਾਂ ਜੀ। ਅਤੇ ਹੋਰ ਲੋਕਾਂ ਨੂੰ ਮੈਸੇਜ ਕੀ ਹੈਗਾ ਜੀ? ਲੋਕਾਂ ਨੂੰ ਮੈਸੇਜ ਇਹੀ ਦੇਣਾ ਚਾਹੁੰਦੇ ਹਾਂ ਵੀ ਜਿੰਨਾ ਵੀ ਬਚਾਇਆ ਜਾ ਸਕੇ ਪੌਦਿਆਂ ਨੂੰ ਬਚਾਓ, ਇਹਨਾਂ ਨੂੰ ਅੱਗ ਤੋਂ ਲਪੇਟ ਤੋਂ ਬਚਾਓ ਅਤੇ ਇਹਨਾਂ ਦੇ ਬਿਲਕੁਲ ਨਵੇਂ ਤੋਂ ਨਵੇਂ ਪੌਦੇ ਲਾਓ। ਜਿਵੇਂ ਆਪਣੇ ਇੰਡੀਆ 'ਚ ਬਹੁਤ ਹੀ ਜ਼ਿਆਦਾ
ਦਰਖਤਾਂ ਦੀ ਘਾਟ ਹੈ ਜੀ। ਸਰਵੇ ਦੇ ਮੁਤਾਬਕ 5 ਕਰੋੜ ਪੌਦੇ ਦੀ ਘਾਟ ਹੈ। ਜੇ ਆਪਾਂ ਇੱਕ ਜਾਂ ਇੱਕ ਮਨੁੱਖ ਇੱਕ ਪੌਦਾ ਵੀ ਲਾਊਗਾ ਫਿਰ ਵੀ ਬਹੁਤ ਹੀ ਚਲੋ ਵਾਤਾਵਰਨ 'ਤੇ ਫਰਕ ਪਊਗਾ। ਗਰਮੀ ਵੱਧ ਰਹੀ ਹੈ, ਇਸਦਾ ਕਾਰਨ ਇਸੇ ਦਾ ਕਾਰਨ ਹੈ ਜੀ। ਜਦੋਂ ਆਪਾਂ ਦਰਖਤਾਂ ਦੀ ਕਟਾਈ ਕਰ ਰਹੇ ਹਾਂ ਆਪਾਂ ਅਤੇ ਵੱਧ ਤੋਂ ਵੱਧ ਬਿਲਕੁਲ ਜਿਹੜੇ ਹੁਣ ਨਾੜਾਂ ਨੂੰ ਅੱਗ ਲਾ ਰਹੇ ਹਾਂ, ਛੋਟੇ ਪੌਦੇ ਨੇ, ਇਹਨਾਂ ਦਾ ਨੁਕਸਾਨ ਕਰ ਰਹੇ ਤੋਂ ਬਚਾਇਆ ਜਾਵੇ। ਜੇ ਨਾ ਸਾਹਮਣੇ ਗਿਆ ਤਾਂ ਆਉਣ ਵਾਲੇ ਸਮੇਂ 'ਚ ਬਹੁਤ ਹੀ ਭਿਆਨਕ ਇਹਦਾ ਆਪਾਂ ਨੂੰ ਰਿਜ਼ਲਟ ਮਿਲ ਸਕਦਾ ਜੀ। ਬਹੁਤ ਹੀ ਗਰਮੀ ਦਾ, ਗਰਮੀ ਤਾਂ ਪਹਿਲਾਂ ਵੀ 50+ ਹੋ ਰਹੀ ਹੈ ਜੀ, 50 ਡਿਗਰੀ 'ਤੇ ਹੋ ਰਹੀ ਹੈ। ਹੁਣ ਇਹ ਆਉਣ ਵਾਲੇ 5-7 ਸਾਲਾਂ 'ਚ ਇਹ ਤਾਂ ਫਿਰ ਅੱਗੇ ਬਹੁਤ ਹੀ ਘਾਤਕ ਸਮਾਂ। ਸਰਦਾਰ ਪਰਮਜੀਤ ਸਿੰਘ, ਪਿੰਡ ਮੌਲੀ ਵਾਲਾ ਜੀ। ਜੋ ਉਪਰਾਲਾ ਚੱਲ ਰਿਹਾ ਜੀ ਬਹੁਤ ਵਧੀਆ ਹੈ, ਅਤੇ ਜੋ ਅੱਗ ਕਾਰਨ ਪੌਦੇ ਮੱਚ ਜਾਂਦੇ ਨੇ, ਸਾਨੂੰ ਇਹ ਗਰਮੀ ਦਾ ਸਾਹਮਣਾ ਤਾਂ ਹੀ ਕਰਨਾ ਪੈਂਦਾ ਹੈ। ਪੌਦੇ ਬਚਾਉਣਾ ਸਾਡਾ ਹੱਕ ਹੈ ਸਭ ਦਾ, ਅਤੇ ਨਵੇਂ ਪੌਦੇ ਲਗਾਓ, ਬਹੁਤ ਵਧੀਆ ਗੱਲ ਹੈ। ਸੇਵਾ ਬਹੁਤ ਵਧੀਆ ਜੀ। ਸੇਵਾ ਕੀ ਹੈ ਇਹਨਾਂ ਦੀ ਵੈਸੇ ਜ਼ਿਆਦਾਤਰ? ਜ਼ਿਆਦਾ ਸੇਵਾ ਇਹਨਾਂ ਦੀ ਜੋ ਸੜਕ ਦੇ ਸੁਰੱਖਿਆ ਦੀ ਹੈ ਜੀ, ਜ਼ਿਆਦਾ ਤਾਂ ਉਹੀ ਹੈ ਐਕਸੀਡੈਂਟ ਵਾਲੀ। ਵੈਸੇ ਨਾਲ ਇਹ ਸੇਵਾ ਬਹੁਤ ਵਧੀਆ ਨਿਭਾ ਰਹੇ ਨੇ। ਲੋਕਾਂ ਨੂੰ ਕੀ ਲੱਗੀ ਹੈ? ਕੀ ਲਈ ਹੈ ਜੀ, ਸਾਰੇ ਧਿਆਨ ਰੱਖਣ, ਅਤੇ ਇਸੇ ਤਰ੍ਹਾਂ ਸਾਰੇ ਸੇਵਾ ਦੇ ਵਿੱਚ ਧਿਆਨ ਰੱਖਣ, ਬਹੁਤ ਵਧੀਆ ਗੱਲ ਹੈ। ਅੱਗ ਤੋਂ ਬਚਾਅ ਕਰਨਾ ਚਾਹੀਦਾ, ਨਾ ਲਾਈ ਜਾਵੇ, ਅਤੇ ਬਹੁਤ ਵਧੀਆ ਗੱਲ ਹੈ। ਪੰਜਾਬ ਪੁਲਿਸ ਇਸ ਤਰ੍ਹਾਂ ਦੇ ਕੰਮ ਵੀ ਕਰੂਗੀ ਕਿਸੇ ਦਾ? ਨਹੀਂ ਜੀ, ਬਹੁਤ ਵਧੀਆ ਚੰਗੀ ਗੱਲ ਹੈ ਜਿਹੜਾ ਇਹਨਾਂ ਨੇ ਪੌਦਾ ਲਾਇਆ, ਬਹੁਤ ਖੁਸ਼ੀ ਦੀ ਗੱਲ ਹੈ ਪਿੰਡ ਮੌਲੀ ਵਾਲੇ ਦੇ ਵਿੱਚ। ਪਹਿਲਾਂ ਕਦੇ ਲਾਉਂਦੇ ਦੇਖੇ? ਨਾ ਜੀ, ਕੋਈ ਪਹਿਲਾਂ ਕੋਈ ਅਫਸਰ ਇਸ ਤਰ੍ਹਾਂ ਕੋਈ ਦੇਖਿਆ ਨਹੀਂ ਹੈਗਾ ਜੀ ਲਾਉਣਾ। ਕੀ ਕਾਰਨ ਜਿਹੜੇ ਪੌਦੇ ਲਾਉਣ ਦੀ ਲੋੜ ਪਈ? ਇਹ ਚੰਗੀ ਗੱਲ ਹੈ ਜੀ, ਜਨਤਾ ਸੇਵਾ ਕਰਦੀ ਹੈ, ਵਧੀਆ ਕੰਮ ਹੈ। ਬਾਕੀ ਛਾਂ 'ਚ ਬੈਠਾ ਕਰਨਗੇ, ਚੰਗੀ ਗੱਲ ਕਿਹਾ ਕਰਨਗੇ ਵੀ ਪੌਦਾ ਲਾਇਆ ਤੇ ਵੀ ਕਿਸੇ ਨੇ ਛਾਂ। ਪੌਦੇ ਤਾਂ ਪਏ, ਕਣਕ ਲਵੇ ਜਿਹੜੇ ਉਹ ਕਰਦੇ ਨੇ ਉਹ ਸਾੜ ਦਿੰਦੇ ਨੇ, ਬਥੇਰਾ ਅਫਸਰ ਨਿਗਰਾਨੀ ਰੱਖਦੇ ਨੇ, ਫਿਰ ਵੀ ਕਿਤੇ ਨਾ ਕਿਤੇ ਰਾਤ ਬਰਾਤੇ ਲਾ ਕੇ ਅੱਗ ਮੱਚ ਜਾਂਦੇ ਨੇ। ਅੱਗ ਬਚਾ ਕੇ ਲਾਉਣੀ ਚਾਹੀਦੀ ਹੈ। ਪੌਦੇ ਹੁਣ ਇੰਨੇ ਸਿਰੇ ਤੋਂ ਸਿਰੇ ਤੱਕ ਮੱਚ ਗਏ, ਕਿੰਨੇ ਕੀੜੀ ਜਾਨਵਰ, ਕਿੰਨੇ ਜਾਨਵਰ ਮੱਚ ਗਏ, ਬਹੁਤ ਉਹ ਹੋ ਗਿਆ। ਇਹ ਮਾੜੀ ਗੱਲ ਹੈ ਇਹਨਾਂ ਵਾਸਤੇ। ਹਾਂਜੀ ਹਾਂ, ਪੌਦੇ ਨਾਲ ਜੀ ਬੈਠਾ ਕਰਨਗੇ ਅੱਡੇ ਦੇ ਉੱਤੇ, ਲੱਗ ਗਿਆ ਛਾਂ ਹੋਇਆ ਕਰੂਗੀ, ਚੰਗੀ ਗੱਲ ਕਿਹਾ ਕਰਨਗੇ ਵੀ ਪੌਦਾ ਲਾਇਆ ਜੀ ਕਿਸੇ ਨੇ, ਅਸੀਂ ਮਾੜਾ ਪਾਣੀ ਦੀ ਸੇਵਾ ਅਸੀਂ ਕਰਦਿਆ ਕਰਾਂਗੇ। ਉਪਰਾਲਾ ਕਿਵੇਂ ਬਣਦੇ ਹੋ? ਹੈਂ, ਚੰਗੀ ਗੱਲ ਹੈ ਜੀ, ਵਧੀਆ। ਹੈਲੋ, ਮੇਰਾ ਨਾਮ ਗੁਰਜਿੰਦਰ ਸਿੰਘ ਹੈ ਜੀ, SSF ਪਟਿਆਲਾ ਵਿਖੇ ਮੈਂ ਡਿਊਟੀ ਕਰ ਰਿਹਾ ਹਾਂ। ਇਹ ਸਰ ਉਪਰਾਲਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ, ਜਿਵੇਂ ਆਪਾਂ ਕਹਿੰਦੇ ਹਾਂ ਪਵਣ ਗੁਰੂ ਪਾਣੀ ਪਿਤਾ ਦੇ ਉਦੇਸ਼ ਦੇ ਨਾਲ ਇਹ ਸ਼ੁਰੂ ਕੀਤਾ ਗਿਆ। ਪਿਛਲੇ ਕੁਛ ਕਈ ਦਿਨਾਂ ਤੋਂ ਅਸੀਂ ਜਦੋਂ ਪੈਟਰੋਲਿੰਗ ਕਰ ਰਹੇ ਸੀ, ਦੇਖਿਆ ਕਿ ਸੜਕ 'ਤੇ ਅੱਗ ਲੱਗਣ ਕਾਰਨ ਬਹੁਤ ਸਾਰੇ ਜਿਹੜੇ ਪੌਦੇ ਨੇ, ਪੇੜ ਪੌਦੇ, ਉਹ ਮੱਚ ਚੁੱਕੇ ਨੇ, ਅਤੇ ਉਹਨਾਂ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਸੀ ਉਹ ਵੀ ਵਿੱਚ ਹੀ ਸੜ ਚੁੱਕੇ ਨੇ। ਜਿਵੇਂ ਇੱਕ ਵੀਡੀਓ ਸਾਹਮਣੇ ਆਈ ਵੀ ਜਿਹੜੇ ਕਤੂਰੇ ਸੀਗੇ ਉਹ ਵਿੱਚ ਹੀ ਮੱਚ ਗਏ, ਠੀਕ ਹੈ। ਉਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਸੋਚਿਆ ਵੀ ਕਿਉਂ ਨਾ ਇਹ ਹਰਿਆਲੀ ਨੂੰ ਫਿਰ ਤੋਂ ਬਹਾਲ ਕੀਤਾ ਜਾਵੇ। ਇਹ ਸ਼ੁਰੂਆਤ ਅਸੀਂ ਖੁਦ ਸ਼ੁਰੂ ਕਰ ਰਹੇ ਹਾਂ SSF ਦੇ ਮੈਂਬਰ ਹੋਣ ਦੇ ਨਾਤੇ। ਲਗਭਗ 1500 ਦੇ ਕਰੀਬ ਅਸੀਂ ਮੈਂਬਰ ਹਾਂ SSF ਫੋਰਸ ਦੇ, ਪੰਜਾਬ ਪੁਲਿਸ ਦੇ, ਅਤੇ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਇਹ ਅਪੀਲ ਕੀਤੀ ਹੈ ਵੀ ਕਿਉਂ ਨਾ ਆਪਾਂ ਖੁਦ ਹੀ ਇਹ ਰੁੱਖ ਲਾ ਕੇ ਮੁਹਿੰਮ ਨੂੰ ਸ਼ੁਰੂ ਕੀਤਾ ਜਾਵੇ, ਤਾਂ ਜੋ ਆਮ ਪਬਲਿਕ ਸਾਥੋਂ ਇੰਸਪਾਇਰ ਹੋ ਕੇ ਪੇੜ ਪੌਦੇ ਲਾਵੇ ਅਤੇ ਉਹਨਾਂ 'ਚ ਪਾਣੀ ਪਾ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਬਹਾਲ ਵੀ ਕਰੇ। ਜਿਹੜੇ ਅੱਗ ਲਾਉਂਦੇ ਉਹਨਾਂ ਨੂੰ ਕੀ ਮੈਸੇਜ? ਅੱਗ ਲਾਉਣ ਵਾਲਿਆਂ ਨੂੰ ਇਹੀ ਮੈਸੇਜ ਹੈ ਜੀ, ਤੁਸੀਂ
ਵੀ ਜਦੋਂ ਕੋਈ ਮੌਸਮ ਦੀ ਮਾਰ ਪੈਂਦੀ ਹੈ ਉਦੋਂ ਤਾਂ ਆਪਾਂ ਰੱਬ ਨੂੰ ਕੋਸਣ ਲੱਗ ਜਾਂਦੇ ਹਾਂ, ਪਰ ਜਿਹੜੀ ਮਾਰ ਆਪਾਂ ਖੁਦ ਮਨੁੱਖਤਾ ਦੇ ਨਾਲ ਕਰ ਰਹੇ ਹਾਂ, ਜੋ ਜੀਵ ਜੰਤੂ ਜੋ ਇੱਥੇ ਰਹਿ ਰਹੇ ਨੇ ਉਹ ਮਰ ਚੁੱਕੇ ਨੇ ਅੱਗ ਦੇ ਕਾਰਨ, ਉਹਦੇ ਜ਼ਿੰਮੇਵਾਰ ਕੌਣ ਹੈ? ਤਾਂ ਜੇ ਕੋਈ ਵੀ ਅੱਗ ਲਾ ਰਿਹਾ ਤਾਂ ਇਹ ਚੀਜ਼ਾਂ ਧਿਆਨ ਰੱਖਿਆ ਜਾਵੇ ਕਿ ਆਸੇ ਪਾਸੇ ਜੋ ਦਰਖਤਾਂ ਦੇ ਪੇੜ ਨੇ ਉਹ ਅੱਗ ਤੋਂ ਬਚਾਏ ਜਾ ਸਕਣ, ਤਾਂ ਕਿ ਉਹਨਾਂ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਉਹਨਾਂ ਦਾ ਨੁਕਸਾਨ ਨਾ ਹੋਵੇ।